ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸੀ ਨੇ ਇੱਕ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ 20 ਸਾਲਾ ਲੜਕੇ ਨੂੰ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥੀਆਂ ਨੂੰ 340 ਗ੍ਰਾਮ ਹੈਰੋਇਨ ਸਪਲਾਈ ਕਰਦਿਆਂ ਇੱਕ ਪਾਕ ਸਿਮ ਦੇ ਨਾਲ ਗ੍ਰਿਫਤਾਰ ਕੀਤਾ। ਕਾਊਂਟਰ ਇੰਟੈਲੀਜੈਂਸੀ ਦੇ EIG ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਸੰਬੰਧ ਵੱਡੇ ਵੱਡੇ ਤਸਕਰਾਂ ਦੇ ਨਾਲ ਹਨ। ਇਸ ਦਾ ਇੱਕ ਹੋਰ ਸਾਥੀ ਹੈ ਜੋ ਕਿ ਦਿੱਲੀ ਵਿੱਚ ਹੈਰੋਇਨ ਸਪਲਾਈ ਕਰਦਾ ਹੈ, ਪਰ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉੱਥੇ ਪਰਲੇ ਪਾਸੇ ਰਖਿੰਦੀ ਸੀ ਅਤੇ ਉਹ ਲੈ ਕੇ ਆਉਂਦੇ ਸੀ। ਪਰਲੇ ਪਾਸੇ ਕਿੱਥੇ ਰਖੀਦੀ? ਤਾਰਾਂ ਤੋਂ ਪਰਲੇ ਪਾਸੇ। ਤੇ ਫਿਰ ਇੱਥੋਂ ਲਿਆ ਕੇ ਤੁਸੀਂ ਕਿੱਥੇ ਵੇਚਦੇ ਸੀ? ਉਹ ਉਧਰੋਂ ਬੰਦੇ ਕਲਦੇ ਸੀ, ਅੰਮ੍ਰਿਤਸਰੋਂ ਮੁੰਡੇ, ਉਹ ਲੈ ਜਾਂਦੇ ਸੀ। ਨਹੀਂ ਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੀ ਸਪਲਾਈ ਕੀਤੀ ਜਾਂਦੀ ਸੀ? ਆਪਾਂ ਨਹੀਂ ਉਦੋਂ ਕੀਤੀ ਯੂਨੀਵਰਸਿਟੀ ਸਪਲਾਈ, ਨਾਲ ਦੇ ਹੋਰ ਮੁੰਡੇ ਉੱਥੇ ਵਾਧੂ ਦੇ ਜਿਹੜੇ ਕਰਦੇ ਨੇ। ਕੋਈ 5-6 ਮਹੀਨੇ ਪਹਿਲਾਂ ਜੀ ਅਸੀਂ ਇੱਕ ਮੁਕੱਦਮਾ ਰਿਕਵਰੀ ਹੋਈ ਸੀ, 3 ਕਿਲੋ ਹੈਰੋਇਨ ਅਤੇ 200 ਗ੍ਰਾਮ ਫੀਮ ਸੀਗੀ। 7 ਪੈਕਟ ਸੀਗੇ ਜਿਹੜੇ ਪਾਕਿਸਤਾਨ 'ਚੋਂ ਆਏ ਸੀਗੇ, BSF ਤੋਂ ਕੱਢ ਕੇ ਲਿਆਏ ਸੀ ਅੱਗੇ। ਉਹਦੇ 'ਚ ਅਸੀਂ 2 ਜਿਹੜੇ ਬੰਦੇ ਆ ਮੌਕੇ 'ਤੇ ਅਰੈਸਟ ਕਰ ਲਿਆ ਸੀ, ਟਰੈਕਟਰ ਟਰਾਲੀ ਫੜ ਲਿਆ ਸੀ ਜਿਹਦੇ 'ਚ ਰਿਕਵਰੀ ਹੋਈ ਸੀਗੀ। ਇਹ ਜਿਹੜੇ 2 ਸਮਗਲਰ ਮੇਨ ਸੀਗੇ, ਇਹ ਸੰਦੀਪ ਸਿੰਘ ਜਿਹੜਾ ਸੰਦੀਪੀ ਸੀਗਾ ਅਤੇ ਇੱਕ ਇਹਦੇ ਨਾਲ ਹੋਰ ਸੀ ਮੁੰਡਾ, ਇਹ ਦੋਨੇ ਮੇਨ ਸਮਗਲਰ ਸੀ। ਇਹਨਾਂ ਦਾ ਸਮਾਨ ਸੀਗਾ, ਇਹਨਾਂ 5-6 ਵਾਰੀ ਪਹਿਲਾਂ ਵੀ ਉਸ ਤਰੀਕੇ ਨਾਲ ਸਮਾਨ ਕੱਢਿਆ ਸੀਗਾ। ਇਹ ਉਸ ਸਾਥੋਂ ਇੱਥੋਂ ਭੱਜ ਗਏ ਸੀਗੇ ਦੋਨੇ। ਅਸੀਂ ਬਾਈਨੇਮ ਇਹਨਾਂ ਦੇ ਖਿਲਾਫ਼ ਕੇਸ ਰਜਿਸਟਰ ਕਰਤਾ ਸੀ। ਉਦੋਂ ਦੇ ਅਸੀਂ ਇਹਨਾਂ ਦੇ ਮਗਰ 4-5 ਮਹੀਨਿਆਂ ਤੋਂ ਅਸੀਂ ਇਹਨਾਂ ਦੇ ਭਾਲ ਕਰ ਰਹੇ ਹਾਂ। ਅਸੀਂ ਬਰੰਟ ਲਏ ਵੀ ਹੈ, ਇਹਨਾਂ ਦੇ PO ਦੀ ਕਾਰਵਾਈ ਚੱਲ ਰਹੀ ਸੀਗੀ। ਇਹਦੇ ਤਹਿਤ ਹੁਣ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਇਹ ਸੰਦੀਪ ਨੂੰ ਅਸੀਂ ਚੰਡੀਗੜ੍ਹ ਤੋਂ 9 ਤਰੀਕ ਨੂੰ 15 ਸੈਕਟਰ 'ਚੋਂ ਅਸੀਂ ਇਹਨੂੰ ਅਰੈਸਟ ਕੀਤਾ। ਇਹ ਉੱਥੇ ਹੁਣ ਕਾਰਾਂ 2 ਰੱਖੀਆਂ ਸੀਗੀਆਂ ਜੀ, ਨਾਲ ਇਹਦੇ ਲਾਅ ਦੇ ਸਟੂਡੈਂਟ ਨੇ 1-2 ਉੱਥੋਂ ਦੇ ਲੋਕਲ, ਇਸ ਏਰੀਏ ਦਾ 2 ਮੁੰਡੇ ਤਾਂ ਅਤੇ ਪੜ੍ਹਦੇ ਉੱਥੇ ਨੇ ਲਾਅ 'ਚ, ਉਹਨਾਂ ਦੇ ਕੋਲ ਹੋਸਟਲ 'ਚ ਕਮਰੇ ਆ। ਇਹ ਉੱਥੇ ਕਮਰਿਆਂ 'ਚ ਉਹਨਾਂ ਦੇ ਵਿੱਚ ਰਹਿੰਦਾ ਸੀ, ਉਹਨਾਂ ਦੇ ਨਾਲ ਬਾਹਰ PG ਆ ਮੁੰਡਿਆਂ ਦੀ, 21 ਸੈਕਟਰ 'ਚ PG 'ਚ ਵੀ ਇਹ ਰਹਿੰਦਾ ਸੀ। ਇਹ ਉੱਥੇ ਸਪਲਾਈ ਮਤਲਬ ਕਰ ਰਿਹਾ ਹੁਣ, ਇਹ ਪਾਕਿਸਤਾਨ ਤੋਂ ਉਹਨਾਂ ਲਿੰਕ ਆ ਉਹਨਾਂ ਤੋਂ ਕਿਸੇ ਤਰੀਕੇ ਨਾਲ ਇੱਥੋਂ ਕੱਢ ਕੇ, ਅਤੇ ਸਮਰੀ ਆ ਮੁੰਡਾ ਇਹਦੇ ਨਾਲ ਦੂਜਾ ਜਿਹੜਾ ਪਹਿਲੇ ਮੁਕੱਦਮੇ ਸਾਡੇ 'ਚੋਂ ਭਗਾਉਣਾ ਹੈਗਾ। ਇਹ ਦੋਨੇ ਜਾਣੇ ਕਾਰਾਂ ਰੱਖੀਆਂ, ਇੱਕ ਵਰਨਾ ਕਾਰ ਹੈ, ਇੱਕ ਗੱਡੀ ਹੋਰ ਸੀਗੀ। ਦੋਨਾਂ ਕਾਰਾਂ 'ਤੇ ਇਹ ਕਦੇ 21 ਸੈਕਟਰ ਚਲ ਜਾਂਦੇ ਆ, ਕਦੇ ਯੂਨੀਵਰਸਿਟੀ 'ਚ ਹੋਸਟਲ 'ਚ ਰਹਿੰਦੇ ਆ। ਉੱਥੇ ਅਸੀਂ ਮਤਲਬ ਇਹਨਾਂ ਦੀ ਮਤਲਬ ਸੋਰਸ ਰਾਹੀਂ ਪਤਾ ਕਰਕੇ ਅਸੀਂ 3 ਦਿਨ ਸਾਡੀਆਂ ਟੀਮਾਂ ਉੱਥੇ ਰਹੀਆਂ ਚੰਡੀਗੜ੍ਹ। ਉੱਥੇ ਅਸੀਂ ਮਤਲਬ 3 ਦਿਨਾਂ ਦੇ ਬਾਅਦ ਇਹਨੂੰ ਫਿਰ ਅਸੀਂ ਗ੍ਰਿਫਤਾਰ ਕੀਤਾ। For all updated news, please subscribe Ava News and ring the bell.